ਪਤਾ ਤੁਸੀਂ ਗਰਮੀ 'ਚ ਬੜੇ ਬੈਠੇ ਜੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਦੇ ਨਾਲ ਪੰਡਾਲ ਭਰਿਆ ਪਿਆ ਹੈ ਔਰ ਮੈਂ ਸਮਝਦਾ ਕਿ ਤੁਸੀਂ ਆਪਣੇ ਵਕਾਰ ਦਾ ਸਵਾਲ ਬਣਾ ਕੇ ਇਸ ਇਲੈਕਸ਼ਨ ਨੂੰ ਲਿਆ ਔਰ ਅੱਜ 200 ਗੱਡੀ ਦਾ ਕਾਫਲਾ ਲੈ ਕੇ ਇਸ ਪੰਡਾਲ ਵਿੱਚ ਪਹੁੰਚੇ ਹਾਂ ਪਰ ਸਟੇਜ ਬਣਾਉਣ ਵਾਲਿਆਂ ਦਾ ਐਸਟੀਮੇਟ ਜਿਹੜਾ ਉਹ ਠੀਕ ਨਹੀਂ ਨਿਕਲਿਆ ਜਿਹਦੇ ਕਰਕੇ ਤੁਹਾਨੂੰ ਤਕਲੀਫ ਹੋ ਰਹੀ ਆ ਮੈਂ ਚਾਹੁੰਦਾ ਸਾਂ ਸੀਨੀਅਰ ਸਾਥੀ ਸਾਡੇ ਤੋਂ ਬਹੁਤ ਨੇ ਉਹ ਬੋਲਣ ਅਸੀਂ ਤਾਂ ਤੁਹਾਡੇ ਸਾਹਮਣੇ ਰੋਜ਼ ਹੀ ਬੋਲਦੇ ਰਹਿੰਦੇ ਹਾਂ ਬਾਹਰੋਂ ਆਏ ਵੱਡੇ ਲੀਡਰਾਂ ਦੇ ਵਿਚਾਰ ਸੁਣਨੇ ਚਾਹੀਦੇ ਆ ਪਰ ਇਹਨਾਂ ਦੇ ਮਨ 'ਚ ਖਰੇ ਲੋਧੀ ਨੰਗਲ ਕਿਉਂ ਨਹੀਂ ਬੋਲਦਾ ਲੋਧੀ ਨੰਗਲ 'ਤੇ ਜਾਨ ਤਲੀ 'ਤੇ ਧਰ ਕੇ ਸਲਾਰੀਆ ਜੀ ਗਵਾਹ ਨੇ ਉਸ ਦਿਨ ਦਾ ਲੱਗਾ ਆ ਪਰ ਕਈ ਵਾਰ ਆਪਣੇ ਮਨ ਦੀ ਸ਼ੰਕਾ ਜਿਹੜੀ ਆ ਉਹ ਬੰਦੇ ਨੂੰ ਤੰਗ ਕਰਦੀ ਰਹਿੰਦੀ ਆ ਇਹ ਅਕਾਲੀ ਦਲ ਦੀ ਜ਼ਿੰਮੇਵਾਰੀ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਮਾਣਯੋਗ ਦਰਵੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਸਾਡੇ ਹਰਮਨ ਪਿਆਰੇ ਲੀਡਰ ਸਰਦਾਰ ਮਜੀਠੀਆ ਜੀ ਜਿਨ੍ਹਾਂ ਨੇ ਹੁਕਮ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਸਾਰੀ ਲੀਡਰਸ਼ਿਪ ਨੂੰ ਤਤਪਰ ਕੀਤਾ ਔਰ ਮੈਂ ਕਹਿ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਸਾਹਮਣੇ ਪੰਡਾਲ ਭਰਿਆ 90% ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਭਰਿਆ ਔਰ ਅੱਜ ਆਪਾਂ ਇਹਨਾਂ ਯੋਧਿਆਂ ਨੂੰ ਪੂਰਾ ਮਾਣ ਸਨਮਾਨ ਸਤਿਕਾਰ ਔਰ ਇਹਨਾਂ ਨੂੰ ਅੱਗੇ ਵਧਣ ਵਾਸਤੇ ਜ਼ੋਰ ਦੇ ਕੇ ਉਤਸ਼ਾਹ ਕਰਨਾ ਸਾਡਾ ਫਰਜ਼ ਬਣਦਾ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਇਲੈਕਸ਼ਨ ਨੂੰ ਬਹੁਤ ਚੰਗੇ ਤਰੀਕੇ ਨਾਲ ਆਰਗੇਨਾਈਜ਼ ਕਰੋ ਇਕੱਲਾ ਕੈਂਡੀਡੇਟ ਦੇ ਵੱਸ ਨਹੀਂ ਹੁੰਦਾ ਇਹ ਸਾਡਾ ਲਾੜਾ ਜੋ ਅੱਜ ਦੀ ਇਲੈਕਸ਼ਨ ਦਾ ਆ ਸਵਰਨ ਸਲਾਰੀਆ ਇਹ ਤੇ ਮੈਨੂੰ ਪਤਾ ਅਸੈਂਬਲੀ ਦੀ ਚੋਣ 'ਚ ਹੀ ਬੰਦਾ ਛਦਾਈ ਹੋ ਜਾਂਦਾ ਤੇ ਜਿਹੜੀ ਪਾਰਲੀਮੈਂਟ ਦੀ ਚੋਣ ਆ ਜਿੱਥੇ ਏਡਾ ਵੱਡਾ ਹਲਕਾ ਹੁੰਦਾ ਉੱਥੇ ਉਹਨੂੰ ਕੰਟਰੋਲ ਕਰਨਾ ਫਿਰ ਥੋੜ੍ਹੇ ਸਮੇਂ 'ਚ ਬਹੁਤ ਔਖਾ ਮੈਂ ਮਜੀਠੀਆ ਜੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਜ ਵੀ CID ਸਿਕਿਉਰਿਟੀ ਤੋਂ ਪੁੱਛ ਲਿਓ ਸਭ ਤੋਂ ਵੱਡਾ ਜਥਾ ਜਿਹੜਾ ਇਸ ਪੰਡਾਲ ਦੇ ਵਿੱਚ ਬਟਾਲੇ ਹਲਕੇ ਤੋਂ ਲੈ ਕੇ ਆਏ ਆ ਔਰ ਅਸੀਂ ਚੰਗਾ ਰਿਜ਼ਲਟ ਦੇਵਾਂਗੇ ਅਸੀਂ ਕਿਸੇ ਖਾਮੀਆਂ ਵੱਲ ਨਹੀਂ ਵੇਖਿਆ ਅਸੀਂ ਕਿਸੇ ਹੋਰ ਗੱਲ ਨੂੰ ਮੱਦੇਨਜ਼ਰ ਨਹੀਂ ਰੱਖਣਾ ਪੰਜਾਬ ਦੇ ਲੋਕ ਭੁਲੇਖੇ ਦੇ ਨਾਲ ਲੁੱਟੇ ਗਏ ਨੇ ਔਰ ਉਹ ਲੁੱਟੇ ਗਏ ਨੇ ਸਰਕਾਰ ਗਲਤ ਬਣ ਗਈ ਆ ਤੇ ਹੁਣ ਉਸ ਤੋਂ ਪਿੱਛੋਂ ਜੋ ਸ਼੍ਰੋਮਣੀ ਅਕਾਲੀ ਦਲ ਨੇ ਏਡੀਆਂ ਵੱਡੀਆਂ ਸੁੱਖ ਸਹੂਲਤਾਂ ਦਿੱਤੀਆਂ ਸੀ ਉਹ ਖੋ ਕੇ ਸਰਕਾਰ ਬਣਨ ਤੋਂ ਬਾਅਦ ਫਿਰ ਲੋਕਾਂ ਨੂੰ ਲੁੱਟਿਆ ਜਾ ਰਿਹਾ ਅੱਜ ਆਟਾ ਦਾਲ ਕਾਂਗਰਸੀ ਲੋਕਾਂ ਦੇ ਘਰਾਂ 'ਚ ਜਾ ਰਿਹਾ ਗਰੀਬਾਂ ਦਾ ਰਾਜ ਅੱਜ ਕਾਂਗਰਸੀ ਸਰਮਾਏਦਾਰ ਖਾ ਰਹੇ ਨੇ ਅੱਜ ਥਾਣਿਆਂ ਦੇ ਵਿੱਚੋਂ ਮਹੀਨੇ ਲੈ ਜਾ ਰਹੇ ਨੇ ਅੱਜ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਗਿਰੀਆਂ ਜਾ ਰਹੀਆਂ ਨੇ ਅੱਜ ਜਿਸ ਤਰੀਕੇ ਦਾ ਮਾਹੌਲ ਅੱਜ ਜਾਬਰ ਰਾਜ ਜਿਹੜਾ ਆ ਤਾਲੇਬਾਨਾਂ ਦੀ ਸਟੇਟ ਜਿਹੜੀ ਆ ਜਾਪਦੀ ਆ ਇਹਨਾਂ ਕਾਂਗਰਸੀਆਂ ਨੇ ਜੋ 10 ਸਾਲਾਂ ਦੇ ਭੁੱਖੇ ਸੀ ਇਹਨਾਂ ਨੂੰ ਹਾੜਵਾ ਹੋ ਗਿਆ ਇਹ ਹਰ ਇੱਕ ਬੰਦੇ ਨੂੰ ਖਾ ਜਾਣਾ ਚਾਹੁੰਦੇ ਆ ਭਰਾਓ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਇਕੱਠਿਆ ਹੋਣਾ ਬੜਾ ਜ਼ਰੂਰੀ ਆ ਸੋ ਮੈਂ ਜ਼ਿਆਦਾ ਕੁਛ ਨਹੀਂ ਕਹਿਣਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਪਾਰਟੀ ਦੇ ਲੀਡਰਾਂ ਦੇ ਹੁਕਮ ਵੱਲ ਵੇਖਣਾ ਬੈਜਾ ਬੈਜਾ ਕਰਾ ਦੇਵਾਂਗੇ ਅੱਜ ਉਹਦਾ ਨਤੀਜਾ ਉਹਦਾ ਸਬੂਤ ਜਿਹੜਾ ਅਸੀਂ ਤੁਹਾਡੇ ਸਾਹਮਣੇ ਮਜੀਠਾ ਜੀ ਰੱਖਿਆ ਆ ਇਹਨਾਂ ਲਫ਼ਜ਼ਾਂ ਦੇ ਨਾਲ ਸਾਰੀ ਲੀਡਰਸ਼ਿਪ ਦਾ ਲਗਾ ਸਾਹਿਬ ਦਾ ਧੰਨਵਾਦ ਕਰਦਾ ਔਰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।